ਵੀਡੀਓ ਬਹੁਤ ਬਹੁਤ ਜ਼ਿਆਦਾ ਸੋਹਣੀ ਸੀਗੀ, ਮਤਲਬ ਬੱਚਿਆਂ ਦੇ ਦੇਖਣ ਵਾਲੀ ਵੀ ਹੈ ਅਤੇ ਆਪਣਾ ਜਿਹੜਾ ਵਿਸ਼ਵਾਸ ਕਿਸੇ ਵੇਲੇ ਡੋਲ ਜਾਂਦਾ ਉਹ ਮਤਲਬ ਵਿਸ਼ਵਾਸ ਜਿਹੜਾ ਫਿਰ ਤੋਂ ਬਰਕਰਾਰ ਹੁੰਦਾ ਹੈ ਪਰਮਾਤਮਾ 'ਤੇ। ਇਹ ਵੀਡੀਓ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਨਿਊ ਜਨਰੇਸ਼ਨ ਨੂੰ ਇੱਦਾਂ ਦੀਆਂ ਮੂਵੀਜ਼ ਦਿਖਾਉਣੀਆਂ ਚਾਹੀਦੀਆਂ। ਅਸੀਂ ਪੇਰੈਂਟਸ ਨੂੰ ਅਪੀਲ ਕਰਾਂਗੇ ਵੀ ਆਪਣੇ ਬੱਚਿਆਂ ਨੂੰ ਮੂਵੀ ਜ਼ਰੂਰ ਦਿਖਾਓ, ਦੇ ਵਿੱਚ 5 ਸਟਾਰ ਲਾ ਲਗਾ ਲਓ ਪਲੱਸ। ਤਾਂ 10 out of 10 ਹੀ ਸੀਗੇ, ਹੁਣ ਸੰਡੇ ਨੂੰ ਅਸੀਂ ਦੁਬਾਰਾ ਦੇਖਣ ਜਾਵਾਂਗੇ। ਬਹੁਤ ਬਹੁਤ ਜ਼ਿਆਦਾ ਵਧੀਆ ਜੋ ਅੱਜ ਕੱਲ੍ਹ ਵਕਤ ਚੱਲ ਰਿਹਾ, ਮਤਲਬ ਕਿ ਮੇਰੀਆਂ ਬੇਟੀਆਂ ਮੇਰੇ ਨਾਲ ਆਈਆਂ ਸੀ ਮੂਵੀ ਦੇਖਣ, ਐਂਡ ਵੈਰੀ ਟੱਚਿੰਗ, ਵੈਰੀ ਕਲੀਨ, ਅਤੇ ਸਾਰਾ ਜੋ ਮੈਸੇਜ ਦਿੱਤਾ ਗਿਆ। ਹੁਣ ਅੱਜ ਕੱਲ੍ਹ ਮੇਰੀ ਹੋਈ ਪਈ ਆ, ਕੋਈ ਕੁਛ ਕਰ ਰਿਹਾ ਦੁਨੀਆਂ ਦੇ ਵਿੱਚ, ਕੋਈ ਕੁਛ, ਕਿ ਪਰਮਾਤਮਾ ਜੀ ਨੇ ਸਾਰਾ ਕੁਛ ਖੜਾਇਆ ਹੋਇਆ, ਉਹਦੇ 'ਤੇ ਵਿਸ਼ਵਾਸ ਕਰਕੇ ਤਾਂ ਦੇਖੋ। ਐਂਡ ਆਈ ਰੀਅਲੀ ਲਾਈਕ ਦਿਸ ਮੂਵੀ, ਬਹੁਤ ਅੱਛੀ ਲੱਗੀ ਮੈਨੂੰ। ਵੈਰੀ ਨਾਈਸ, ਬੜੀ ਪਾਕ ਮੂਵੀ ਹੈ ਮੈਮ, ਬਹੁਤ ਬਹੁਤ ਹੀ ਜ਼ਿਆਦਾ ਬਿਊਟੀਫੁਲ ਮੂਵੀ, 5 out of 10 ਨੰਬਰ ਹੈ। ਮਤਲਬ ਕਿ ਇਸ ਚੀਜ਼ 'ਚੋਂ ਇਸ ਫਿਲਮ ਨੂੰ ਦੇਖ ਕੇ ਬੰਦਾ ਜਾਗੂਗਾ ਕਿ ਹਾਂ ਰੋਜ਼ ਰੱਬ ਦਾ ਨਾਮ ਪਹਿਲਾਂ ਤਾਂ ਪਤਿਆਓ। ਫੁੱਲ, ਮੈਂ ਤਾਂ ਕਹਿੰਦੀ 5 out of 5 ਵੀ ਬਹੁਤ ਘੱਟ ਨੇ। ਅਗਰ ਕੋਈ ਫਿਲਮ ਇਸ ਤੋਂ ਪਹਿਲਾਂ ਕੋਈ ਦੇਖੀ ਸੀ ਸ਼ਾਇਦ ਉਹ ਮੈਂ ਬਾਲੀਵੁੱਡ ਮੂਵੀ ਮੈਂ ਕਹੂੰਗਾ ਜੋ ਮੈਂ ਦੇਖੀ ਸੀਗੀ ਹਜੇ ਤੱਕ। ਪਰਸਨਲੀ ਓਪੀਨੀਅਨ ਦੇ ਵਿੱਚ ਮੈਂ ਇੱਦਾਂ ਦੀ ਮੂਵੀ ਹਜੇ ਤੱਕ ਇੱਦਾਂ ਦੀ ਐਡੀਟਿੰਗ VFX ਪੰਜਾਬੀ ਸਿਨੇਮਾ 'ਚ ਨਹੀਂ ਦੇਖੀ ਹੈ। ਬਹੁਤ ਹੀ ਪਿਆਰੀ ਫਿਲਮ ਹੈ ਜੀ, ਮੈਂ ਦੇਖਿਆ ਮਤਲਬ ਮੈਂ ਤਾਂ ਇਮੋਸ਼ਨਲ ਹੋ ਗਿਆ ਜੀ। ਮਤਲਬ ਇੱਕ ਮਿੰਟ ਲਈ ਤਾਂ ਮੈਨੂੰ ਐਂ ਲੱਗਿਆ ਕਿ ਮਾਂ ਬਾਪ ਬੇਟੀ ਔਰ ਇੱਕ ਔਰਤ ਕੇ ਲਈ ਉਸਕਾ ਪਤੀ ਹੈ ਨਾ, ਇਹ ਕਿਆ ਵੈਲਿਊ ਰੱਖਦਾ ਹੈ, ਇਹ ਫਿਲਮ ਨੇ ਬਤਾਇਆ। ਹਾਂਜੀ, ਮੈਂ ਜਾਣਦੀ ਸੀ, ਮੇਰੇ ਜਿਹੜੇ ਦਾਦੀ ਜੀ ਨੇ ਉਹ ਦੱਸਦੇ ਹੁੰਦੇ ਸੀਗੇ ਸਾਨੂੰ ਇਸ ਕਹਾਣੀ ਬਾਰੇ। 5 out of 5 ਮੇਰਾ ਵਾਸ਼ਲ, ਮੈਂ ਤਾਂ ਦੱਸ ਦੇ ਦਾਂ ਪਰ 5 out of 5 ਕਿ ਆਪਾਂ ਕਿੱਦਾਂ ਇੱਕ ਬੇਟੀ ਆਪਣੇ ਬਾਪ ਦੇ ਪ੍ਰਤੀ ਵੀ ਬਹੁਤ ਆਪਣਾ ਸਾਰਾ ਕਰਤੱਵ ਨਿਭਾਉਂਦੀ ਹੈ ਅਤੇ ਹਸਬੈਂਡ ਵਾਈਫ ਦੇ ਪ੍ਰਤੀ ਵੀ ਅਤੇ ਆਪਣੇ ਸਾਰੇ ਕੁਛ ਉਹ ਕਰਦੀ ਹੈ। ਪਲੀਜ਼ 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 ਇਹ ਆਪਣੇ ਬੱਚਿਆਂ ਨੂੰ ਤੁਸੀਂ ਜ਼ਰੂਰ ਦਿਖਾਓ, ਕਿਉਂਕਿ ਇਹਦੇ ਤੋਂ ਬੱਚਿਆਂ ਨੂੰ ਬਹੁਤ ਜ਼ਿਆਦਾ ਕੁਛ ਸਿੱਖਣ ਨੂੰ ਮਿਲੂਗਾ। ਬਹੁਤ ਹੀ ਅੱਛੀ ਔਰ ਮਾਰਮਿਕ ਫਿਲਮ ਸੀਗੀ। ਪਹਿਲਾਂ ਤਾਂ ਅਸੀਂ ਪਿੰਕੀ ਭਾਅ ਜੀ ਜਿਨ੍ਹਾਂ ਨੇ ਇਹ ਫਿਲਮ ਪ੍ਰੋਡਿਊਸ ਕੀਤੀ ਹੈ, ਪਿੰਕੀ ਧਾਲੀਵਾਲ ਜੀ, ਉਹਨਾਂ ਦਾ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਇੰਨੀ ਸੋਹਣੀ ਇਹ ਫਿਲਮ ਸੁਚੱਜੇ ਇੱਕ ਥੀਮ ਦੇ ਉੱਤੇ ਇਹ ਫਿਲਮ ਬਣਾਈ ਹੈ, ਜਿਹਦੀ ਕਿ ਅਜੋਕੇ ਸਮਾਜ ਦੇ ਵਿੱਚ ਅਜੋਕੇ ਟਾਈਮ ਦੇ ਵਿੱਚ ਜਿਹਦੀ ਕਿ ਇਹ ਲੋੜ ਸੀਗੀ। ਅੱਜ ਅਸੀਂ ਇਹ ਸਾਰਿਆਂ ਨੂੰ ਇਹੀ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਆਪਣੀ ਫੈਮਿਲੀ ਦੇ ਨਾਲ ਆ ਕੇ ਇਹ ਵੱਧੋ ਵੱਧ ਇਹ ਫਿਲਮ ਦੇਖਣ, ਤਾਂ ਕਿ ਬੱਚਿਆਂ ਨੂੰ ਵੀ ਸਿੱਖਿਆ ਮਿਲੇ ਕਿ ਸਾਡੇ ਜਿਹੜੇ ਇਤਿਹਾਸ ਦੇ ਵਿੱਚ ਕਿਸ ਤਰ੍ਹਾਂ ਦੀਆਂ ਮਿਸਾਲਾਂ ਪੇਸ਼ ਹੋਈਆਂ ਨੇ। 100 ਸਮੇਂ ਦੀ ਲੋੜ ਹੈ ਜੀ ਇਸ ਤਰ੍ਹਾਂ ਦੀਆਂ, ਕਿਉਂਕਿ ਅੱਜ ਦੇ ਕਲਯੁੱਗ ਦੇ ਵਿੱਚ ਪਰਮਾਤਮਾ ਹੀ ਬਚਾ ਸਕਦਾ ਸਾਰਿਆਂ ਨੂੰ। 10 ਹੀ ਹੈ ਜੀ ਸਾਡੇ ਤਾਂ, 5 ਛੱਡੋ। ਬਹੁਤ ਸੋਹਣੀ ਫਿਲਮ ਸੀ, ਪੋਜ਼ਿਟਿਵਿਟੀ ਅਤੇ ਫੇਥ ਔਨ ਗੋਡ ਬਹੁਤ ਵਧੀਆ।